ਅੱਜ ਡਿਬਰੂਗੜ੍ਹ ਵਾਲੇ ਸੰਤਾਂ ਦੀ ਗੱਲ ਕਰਨੀ ਹੈ। ਪਤਾ ਲੱਗ ਗਿਆ ਹੋਣਾ ਤੁਹਾਨੂੰ ਅੰਮ੍ਰਿਤਪਾਲ, ਕਿਉਂਕਿ ਉਹਨਾਂ ਦੇ ਚਾਚੇ ਦੇ ਘਰ ਅਤੇ ਕੁਝ ਰਿਸ਼ਤੇਦਾਰਾਂ ਦੇ ਘਰ NIA ਨੇ ਰੇਡ ਮਾਰੀ ਹੈ, ਅਤੇ ਉਹ ਰੇਡ ਤਾਂ ਮਾਰੀ ਹੈ, ਜਿਹੜੀਆਂ ਸਾਡੀਆਂ ਖੱਚਾਂ ਨੇ ਭੇਡਾਂ ਨੇ ਉਹ ਕਹਿੰਦੀਆਂ ਹਨ ਕਿ ਅੰਮ੍ਰਿਤਪਾਲ ਨੂੰ ਦਵਾਇਆ ਜਾ ਰਿਹਾ, ਜਾਣੀ ਕਿ ਉਹਦੀ ਜਿਹੜੀ MP ਦੀ ਮੈਂਬਰਸ਼ਿਪ ਹੈ ਉਹਨੂੰ ਰੱਦ ਕਰਨ ਵਾਸਤੇ ਕਿਤੇ ਪ੍ਰੈਸ਼ਰ ਪਾਇਆ ਜਾ ਰਿਹਾ, ਇਹ ਗੱਲਬਾਤ ਹੁੰਦੀ ਹੈ। ਅੱਛਾ, ਮੈਂ ਉਹਦੀ ਇੱਕ ਡਿਬਰੂਗੜ੍ਹ ਜੇਲ੍ਹ ਦੀ ਗੱਲ ਸੁਣਾਉਣੀ ਹੈ ਤੁਹਾਨੂੰ। ਉਹਦਾ ਪਿਓ ਭਾਪਾ ਜਾਣੀ ਕਿ ਉਹਦਾ ਜਦੋਂ ਪੰਜਾਬ ਦੇ ਵਿੱਚ ਵਿਚਰਦਾ ਇੱਕ ਪੰਥਕ ਆਗੂ ਬਣ ਕੇ ਆਪਣੇ ਆਪ ਨੂੰ, ਉਦੋਂ ਉਹਦੇ ਬੋਲਚਾਲ ਤੋਂ ਵੀ ਪਤਾ ਲੱਗ ਰਿਹਾ, ਅਤੇ ਅੰਮ੍ਰਿਤਪਾਲ ਨੇ ਆਪਣੇ ਭਾਪੇ ਨੂੰ ਅਤੇ ਆਪਣੀ ਮਾਤਾ ਨੂੰ ਕਹਿ ਦਿੱਤਾ ਕਿ ਤੁਸੀਂ ਖਾਲਿਸਤਾਨ ਦੀ ਗੱਲ ਨਹੀਂ ਕਰਨੀ ਪੰਜਾਬ ਦੇ ਸਿੱਖਾਂ ਵਿੱਚ। ਇਹ ਕਿਉਂ ਕਿਹਾ? ਕਿਉਂਕਿ ਹੁਣ ਸਮਝ ਆ ਗਈ ਕਿ ਅਗਲੇ ਹਲਕ ਵੀ ਡੰਡਾ ਦੇਣਗੇ, ਫੁਕਰੀਆਂ ਤਾਂ ਮਾਰ ਬੈਠੇ, ਮੈਂ ਤਾਂ ਸ਼ਹੀਦੀ ਪਾ ਦਿਆਂਗਾ ਬੜਾ ਕੁਝ ਕਿਹਾ ਸੀ, ਮੈਂ ਡਰਦਾ ਥੋੜ੍ਹੀ ਹਾਂ, ਮੈਂ ਤਾਂ ਆਪਣੇ ਆਪ ਨੂੰ ਕੁਰਬਾਨ ਕਰ ਹੀ ਦੇਣਾ, ਕੌਮ ਦੇ ਲੇਖੇ ਲਾ ਹੀ ਦੇਣਾ, ਇਹ ਕਹਿ ਦਿੱਤਾ ਸੀ, ਅਤੇ ਹੁਣ ਚੜ੍ਹਿਆ ਹੋਇਆ ਡੰਡਾ ਅਗਲੇ ਨੇ ਹੜਕ ਵਿੱਚ। ਹੁਣ ਪੂਰਨ ਤੌਰ 'ਤੇ ਆਪਣੇ ਮਾਂ ਪਿਓ ਨੂੰ ਪੜ੍ਹਾ ਤਾ ਵੀ ਜਿੱਥੇ ਵੀ ਤੁਸੀਂ ਜਾਂਦੇ ਹੋ ਖਾਲਿਸਤਾਨ ਦੀ ਗੱਲ ਨਹੀਂ ਕਰਨੀ, ਅਤੇ ਜਦੋਂ ਵੀ ਉਹ ਜਾਂਦੇ ਨੇ ਜਿੱਥੇ ਕਿਤੇ ਉੱਥੋਂ ਇਹ ਤਕਰੀਬਨ ਪਤਾ ਵੀ ਲੱਗ ਰਿਹਾ ਕਿ ਉਹਨਾਂ ਦੀ ਬੋਲਬਾਣੀ ਬਦਲ ਚੁੱਕੀ ਹੈ। ਹੁਣ ਜਦੋਂ ਵੀ ਗੱਲ ਕਰਦੇ ਨੇ ਆਪਾਂ ਪੰਜਾਬ ਨੂੰ ਸੁਧਾਰਨ ਦੀ ਗੱਲ ਕਰਨੀ ਹੈ, ਆਪਾਂ ਰਾਜਨੀਤਿਕ ਤੌਰ 'ਤੇ ਦੁਨੀਆ ਦੇ ਵਿੱਚ ਵਿਚਰਨਾ, ਪੰਜਾਬ ਨੂੰ ਖੁਸ਼ਹਾਲ ਬਣਾਉਣਾ, ਇੱਦਾਂ ਉਹਨਾਂ ਦੀ ਬੋਲੀ ਵੀ ਬਦਲ ਚੁੱਕੀ ਹੈ। ਪਰ ਜਿਹੜੀ ਇਹ ਅੰਦਰੋਂ ਸਟੱਡੀ ਕਰਵਾਈ ਜਾਂਦੀ ਹੈ ਜੇਲ੍ਹ ਵਿੱਚੋਂ ਕਿ ਵਾਕਈ ਇਹ ਸੱਚਾਈ ਹੈ ਕਿ ਜਿਹੜਾ ਅੰਮ੍ਰਿਤਪਾਲ ਸਿਰ ਦੇਣ ਦੀਆਂ ਗੱਲਾਂ ਕਰਦਾ ਸੀ ਅੱਜ ਭਿੱਜੀ ਬਿੱਲੀ ਬਣ ਕੇ ਬਹਿ ਗਿਆ, ਇਹ ਸੱਚ ਹੈ? ਜੇ ਤੁਸੀਂ ਜਿਹੜੀਆਂ ਸਟੇਟਮੈਂਟਾਂ ਉਹਦੇ ਪਿਓ ਦੀਆਂ ਆ ਰਹੀਆਂ ਨੇ ਇਸ ਵਕਤ, ਉਹਦੇ ਮੁਤਾਬਕ ਤਾਂ ਸੱਚ ਹੀ ਹੈ, ਕਿਉਂਕਿ ਜਿਹੜੀਆਂ ਬੜਕਾਂ ਮਾਰੀਆਂ ਸੀ ਨਾ, ਜਿਵੇਂ ਥਾਣੇ ਵਿੱਚ ਬੈਠਾ ਸੀ, ਤੁਸੀਂ ਮੇਰੀ ਤੜ ਚੈੱਕ ਕਰਦੇ ਹੋ, ਏਜੰਸੀਆਂ ਰਿਪੋਰਟ ਦਿੰਦੀਆਂ ਨੇ, ਏਜੰਸੀਆਂ ਨੂੰ ਤੁਸੀਂ ਰਿਪੋਰਟ ਦਿੰਦੇ ਹੋ, ਕਿੱਦਾਂ ਉਂਗਲਾਂ ਕਰ ਕਰਕੇ ਵੱਡੇ ਆਫਿਸਰਾਂ ਦੇ ਗੱਲਾਂ ਕਰਦਾ ਸੀ ਨਾ, ਅਤੇ ਹੁਣ ਉਹ ਤੜ ਰਹੀ ਨਹੀਂ। ਕਿਉਂਕਿ ਜਿਹੜਾ ਬੰਦਾ ਕਿਸੇ ਨੂੰ ਕਹਿੰਦਾ ਹੋਵੇ ਤੂੰ ਗੁਲਾਮ ਹੈ, ਤੂੰ ਗੁਲਾਮ ਹੈ, ਇਹ ਢੰਡੋਰਾ ਪਿੱਟਿਆ ਹੋਵੇ, ਅਤੇ ਹੁਣ ਪਤਾ ਲੱਗਦਾ ਵੀ ਗੁਲਾਮ ਕੀ ਹੁੰਦੇ ਆ। ਹਾਲਾਂਕਿ ਮੈਂ ਫਿਰ ਵੀ ਇਹ ਗੱਲ ਕਹਿੰਦਾ ਕਿ ਅੰਮ੍ਰਿਤਪਾਲ ਜੇ ਖੰਡੂਰ ਸਾਹਿਬ ਤੋਂ ਜਿੱਤਿਆ, ਲੋਕਾਂ ਦਾ ਫਤਵਾ ਸੀ, ਉਹ ਬਾਹਰ ਆਵੇ, ਜਿਹੜੇ ਖੰਡੂਰ ਸਾਹਿਬ ਦੇ ਲੋਕ ਨੇ ਉਹਨਾਂ ਦਾ ਜਿਹੜਾ ਕੰਮ ਧੰਦਾ ਸਰਕਾਰੀ ਦਰਬਾਰੇ ਉਹ ਹੋਵੇ। ਪਰ ਜਿਹੜਾ ਹੁਣ ਡਰ ਪੈਦਾ ਹੋਇਆ ਇਹ ਕਿਤੇ ਨਾ ਕਿਤੇ ਸਿੱਧ ਹੋ ਰਿਹਾ ਕਿ ਫੜਾਂ 'ਤੇ ਵੱਡੀਆਂ ਮਾਰ ਬੈਠੇ, ਲੱਤਾਂ ਭਾਰ ਹੁਣ ਝੱਲਦੀਆਂ ਨਹੀਂ, ਅਤੇ ਹੁਣ ਕਿਤੇ ਨਾ ਕਿਤੇ ਬੀਬਾ ਪੁੱਤ ਬਣ ਕੇ ਨਿਮਰਤਾ ਦੇ ਨਾਲ ਆਪਣੇ ਮਾਤਾ ਪਿਤਾ ਨੂੰ ਸਮਝਾ ਰਿਹਾ ਕਿ ਤੁਸੀਂ ਖਾਲਿਸਤਾਨ ਦੀ ਗੱਲ ਨਾ ਕਰੋ ਤਾਂ ਵਧੀਆ। ਹੁਣ ਕਹਿ ਰਿਹਾ ਕਿ ਡੈਮੋਕਰੇਟ ਵੇ ਦੇ ਨਾਲ ਗੱਲਬਾਤ ਕਰੋ, ਮੇਰੇ ਲਈ ਕੋਈ ਸੰਘਰਸ਼ ਕਰੋ, ਧਰਨਾ ਲਾਓ, ਮੈਂ ਜੇਲ੍ਹ ਤੋਂ ਬਾਹਰ ਆ ਜਾਵਾਂ। ਜਾਣੀ ਕਿ ਹੁਣ
ਇੱਦਾਂ ਨਹੀਂ ਲੱਗਦਾ ਕਿ ਥੋੜ੍ਹੀ ਜਿਹੀ ਅਕਲ ਟਿਕਾਣੇ ਆਈ ਹੈ? ਜਿਹੜੇ ਬੰਦੇ ਕਿਵੇਂ ਕੌਮ ਦੇ ਜਰਨੈਲ ਬਣ ਕੇ ਸਿਰ 'ਤੇ ਬੈਠੇ ਸੀ ਅਤੇ ਉਹ ਕਿਤੇ ਹਵਾ ਨਿਕਲੀ ਨਹੀਂ ਲੱਗਦੀ ਤੁਹਾਨੂੰ? ਇਹ ਸ਼ੱਕ ਨਹੀਂ ਯਾਰ ਹੁੰਦਾ? ਮੈਂ ਇਹ ਗੱਲ ਅੱਜ ਤਾਂ ਕੀਤੀ ਹੈ, ਅੱਜ ਜਦੋਂ ਵੀ ਉਹਦੇ ਪਿਓ ਨੂੰ ਕਿਤੇ ਇੰਟਰਵਿਊ ਦੇ ਵਿੱਚ ਜਾਂ ਮੀਡੀਆ ਸਾਹਮਣੇ ਦੇਖਿਆ ਗਿਆ, ਉਦੋਂ ਜਿਹੜੀ ਬੋਲ ਚਾਲ ਹੈ ਉਹ ਸਭ ਕੁਝ ਰੰਗ ਢੰਗ ਬਦਲਿਆ ਹੋਇਆ ਸੀ। ਅਤੇ ਜਿਹੜਾ ਇਹ ਕਹਿੰਦੇ ਨੇ ਨਾ ਕਿ ਅੰਮ੍ਰਿਤਪਾਲ ਨੇ ਸੰਦੇਸ਼ ਭੇਜਿਆ, ਚਿੱਠੀ ਭੇਜੀ ਹੈ, ਇਹ ਸਾਰੀਆਂ ਅਫਵਾਹਾਂ ਹੁੰਦੀਆਂ। ਇਹ ਜਿਹੜਾ ਇੱਥੇ ਸਾਡਾ ਦਲਾਲ ਮੀਡੀਆ ਜਾਂ ਇਹਦੀਆਂ ਅੰਮ੍ਰਿਤਪਾਲ ਦੀਆਂ ਕੁਝ ਭੇਡਾਂ ਨੇ, ਉਹ ਲੋਕਾਂ ਦੇ ਵਿੱਚ ਚਰਚਾਵਾਂ ਛੇੜ ਦਿੰਦੇ ਆ ਮੀਡੀਆ ਦੇ ਵਿੱਚ। ਅਤੇ ਮੈਂ ਹੁਣ ਇਹ ਗੱਲ ਤੁਹਾਨੂੰ ਤਾਂ ਸਾਂਝੀ ਕੀਤੀ ਹੈ ਕਿ ਹੁਣ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਸੰਤ ਦੀਆਂ ਚੀਕਾਂ ਪੈਂਦੀਆਂ ਨੇ, ਅਤੇ ਚੀਕਾਂ ਹੁਣ ਪਰਿਵਾਰ ਦੀਆਂ ਵੀ ਪੈਂਦੀਆਂ ਨੇ। ਅਤੇ ਜਿਹੜੀਆਂ ਭੇਡਾਂ ਨਾਲ ਤੁਰੀਆਂ ਸੀ ਅਤੇ ਉਹਨਾਂ ਨੇ ਹੁਣ ਵਿਆਹ ਕਰਨਾ ਹੁੰਦਾ, ਹੋਰ ਕੁਛ ਨਹੀਂ। ਅਤੇ ਪਤਾ ਲੱਗ ਹੀ ਗਿਆ ਸਭ ਨੂੰ ਕਿ ਕਿੱਡੀਆਂ ਕਿੱਡੀਆਂ ਫੜਾਂ ਮਾਰ ਕੇ ਲੋਕਾਂ ਨੂੰ ਗੁੰਮਰਾਹ ਕੀਤਾ, ਨੌਜਵਾਨੀ ਨੂੰ ਗੁੰਮਰਾਹ ਕੀਤਾ, ਅਤੇ ਹੁਣ ਲੈਣ ਦੇਣ ਨੂੰ ਕੁਛ ਨਹੀਂ, ਕੱਢਣ ਪਾਉਣ ਨੂੰ ਕੁਛ ਨਹੀਂ, ਜਾਣੀ ਕਿ ਸਭ ਕੁਛ ਠੁੱਸ ਹੋ ਗਿਆ ਹੁਣ। ਅਤੇ ਐਵੇਂ ਲੋਕਾਂ ਨੂੰ ਗੁੰਮਰਾਹ ਕਰਦੇ ਰਹੇ, ਹਾਲੇ ਵੀ ਕੁਝ ਨਹੀਂ ਵਿਗੜਿਆ। ਇਹ ਉਹ ਲੋਕ ਨੇ ਜਿਹੜੇ ਮਾੜੀ ਜਿਹੀ ਸ਼ੈਤਾਨੀ ਕਰਕੇ ਅਤੇ ਹਜ਼ਾਰਾਂ ਲੱਖਾਂ ਨੂੰ ਬੇਵਕੂਫ ਬਣਾ ਕੇ ਆਪਣੇ ਘਰ ਭਰ ਲੈਂਦੇ ਨੇ, ਅਤੇ ਮਰਵਾਉਣਾ ਵੀ ਇਹਨਾਂ ਨੇ ਦੂਜਿਆਂ ਨੂੰ ਹੈ, ਆਪ ਨਹੀਂ ਮਰਨਾ, ਦੂਜਿਆਂ ਨੂੰ ਮਰਵਾਉਣ ਵਾਸਤੇ ਇਹ ਤਾਣਾ ਬਾਣਾ ਬੁਣਿਆ ਜਾਂਦਾ। ਅਤੇ ਪਰ ਹੁਣ ਚੇਤੇ ਰੱਖਿਓ, ਹੁਣ ਚੀਕਾਂ ਪੈ ਰਹੀਆਂ ਨੇ ਅੰਮ੍ਰਿਤਪਾਲ ਦੇ ਪਰਿਵਾਰ ਦੀਆਂ ਵੀ ਅਤੇ ਅੰਮ੍ਰਿਤਪਾਲ ਦੀਆਂ ਖੁਦ ਵੀ। ਇਹ ਬੇਨਤੀ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।